ਮੈਂ ਤਾਂ ਸਪਸ਼ਟੀਕਰਨ ਸਵੇਰ ਦਾ ਆਪਣੇ ਫੇਸਬੁੱਕ 'ਤੇ ਵੀ ਆਪਣੇ ਹੋਰ ਪ੍ਰੈਸ ਦੇ ਵੀਰਾਂ ਨੂੰ ਵੀ ਇਹ ਦੇ ਦਿੱਤਾ ਆ ਕਿ ਜੇ ਕਿਸੇ ਦੇ ਮਨ ਨੂੰ ਮੇਰੇ ਬਿਆਨ ਨਾਲ ਠੇਸ ਪਹੁੰਚੀ ਆ ਅਤੇ ਜਿਹੜੀ ਸੰਗਤ ਆ ਜਿਹੜੀ ਬਖਸ਼ਣਾਰ ਹੁੰਦੀ ਆ, ਗੁਰੂ ਬਖਸ਼ਣਾਰ ਹੁੰਦਾ, ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਸਾਡੀ ਸਰਵਉੱਚ ਸੰਸਥਾ ਆ। ਜੋ ਵੀ ਹੁਕਮ ਸਾਨੂੰ ਸਰਵਉੱਚ ਸੰਸਥਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਊਗਾ, ਮੈਂ ਤਾਂ ਉਹ ਸਿੱਖ ਘਰ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਾਂ ਸਿੱਖਿਆ ਨਿਮਾਣਾ ਜਾਂ ਉਸ ਦਰ ਦਾ ਕੂਕਰ ਆ। ਜੋ ਵੀ ਹੁਕਮ ਇਸ ਸੰਸਥਾ ਵੱਲੋਂ ਹੋਊਗਾ ਸਿਰ ਮੱਥੇ ਪ੍ਰਵਾਨ ਕਰਕੇ ਨੰਗੇ ਪੈਰੀ ਮੈਂ ਇਸ ਸੰਸਥਾ ਜੋ ਵੀ ਹੁਕਮ ਹੋਊਗਾ ਨੰਗੇ ਪੈਰੀ ਜਾ ਕੇ ਮੈਂ ਆਪਣੀ ਝੋਲੀ 'ਚ ਪ੍ਰਵਾਨ ਕਰਾਂਗਾ। ਮੈਂ ਅੱਜ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਇੰਡੀਆ, ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਆਪਣੇ ਸਾਡੇ RO ਨੇ DC ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸਾਡੇ ਇਲੈਕਸ਼ਨ ਇੰਚਾਰਜ ਆ ਉਹਨਾਂ ਨੂੰ ਆਪਣੀ ਈਮੇਲ ਰਾਹੀਂ ਇਹ ਮੈਂ ਕੰਪਲੇਂਟ ਵੀ ਉਹਨਾਂ ਦੇ ਅੱਗੇ ਕੀਤੀ ਆ।